आम जनता नूं आवारा पशुआं तों छुटकारा दवाउण दे लई इक नगर निगम विभाग जिला कपूरथला वल्लों शुरुआत कीती गई है। कपूरथला तों फड़े गए आवारा पशुआं दी देखभाल दे लई पहला ट्रक शहर फरीदकोट गऊशाला लई भेजिया गया, जिस नूं नगर निगम जिला कपूरथला कमिश्नर अनुपम कलेर ने निगम दफ्तर ते बाहर हरी झंडी दे के रवाना किया है। इस संबंध में नगर निगम कपूरथला कमिश्नर अनुपम कलेर, हेल्थ अधिकारी डॉक्टर राजकुमार, एडवोकेट और समाज सेवी चंदनपुरी ने मीडिया को जानकारी देते हुए की कहा है, आओ सुनते हैं। बार बार नगर निगम वालों शहर आवारा पशुओं को निजात पाने जिहड़ी कि मुहिम शुरू की गई, तो की एजेंडे से जिन्होंने लैके जिहड़ी मुहिम शुरू की गई। शहर वासियों लई बड़ी खुशी की खबर है कि जिहड़े आवारा पशु सड़कों पर घूमते फिरते सीगे, जिन्हां करके बहुत सारे एक्सीडेंट वगैरह भी होंदे सीगे और पशुओं नूं भी जान तो खतरा हुंदा सीगा। उस करके पिछले दिनां च हाउस दे विच असीं एक मता पास करवाया सीगा, जिहदे तहत जिहड़ी गऊशाला हैगी आ फरीदकोट विखे गऊशाला संत महेश मुनि जी, उन्हां दे नाल असीं एक MOU साइन किया जिहदे तहत जिन्ने आवारा पशु हैगे आ उन्होंने असं उ ट्रांसफर करा। टोटल मैडम टोटल 700-800 कैटल जोड़े है अं उ ट्रांसफर करा जी। तो मैडम जी के इस अलावा होर भी कोई शहर कह लो कि नगर निगम वालों कोई उपराले किए जा रहे हैं? शहर में उपराले रोज़ कुछ ना कुछ हो रहे हैं। असं बाहर तुम देख रहे होने पार्क के आस पास असी एक जड़े हैंड होंगे कि कहें हैंड कार्ट जिहड़े पुराने समय तो खराब होए पैसे उन्होंने पेंट करके असी ब्यूटीफिकेशन वो कर रहे हैं। इस तो अलावा बहुत सारी जगह पर स्ट्रीट लाइट जिते है नहीं गई उत्थे लगवा रहे हैं। तो चौंक जोड़े है साढ़े 2-3 चौंक है उन्होंने दोबारा तो उनकी रेनोवेशन होएगी। इस तरह के होर भी बहुत सारे प्रोजेक्ट है जोड़े कि चल रहे हैं। ਕਿੱਦਾਂ ਦੇਖਦੇ ਜਿਹੜਾ ਕਿ ਨਗਰ ਨਿਗਮ ਵੱਲੋਂ ਜਿਹੜੀ ਕਿ ਅੱਜ ਮੁਹਿੰਮ ਸ਼ੁਰੂ ਕੀਤੀ ਗਈ ਆ ਆਵਾਰਾ ਪਸ਼ੂਆਂ ਨੂੰ ਸ਼ਹਿਰ ਦੇ ਵਿੱਚੋਂ ਕੱਢਣ ਦੀ, ਤਾਂ ਇਹ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਜਿਹੜਾ? ਮੈਂ ਸਰ ਐਡਵੋਕੇਟ ਚੰਦਨਪੁਰੀ, ਮੈਂ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਕਪੂਰਥਲਾ ਉਹਦਾ ਮੈਂਬਰ ਹਾਂ। ਔਰ ਅੱਜ ਦੀ ਜਿਹੜੀ ਇਹ ਮੁਹਿੰਮ ਦੀ ਸਟਾਰਟ ਹੋਈ ਆ ਇਹਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਦੇ ਆਪਣੇ ਕਮਿਸ਼ਨਰ ਸਾਹਿਬ ਔਰ ਪੰਜਾਬ ਗਵਰਨਮੈਂਟ ਦੀ ਹਦਾਇਤਾਂ ਦੇ ਨਾਲ ਜਿਹੜਾ ਇੱਥੋਂ ਆਵਾਰਾ ਜਾਂ ਜਿਹੜੇ ਬੇਸਹਾਰਾ ਡੰਗਰ ਨੇ ਉਹਨਾਂ ਨੂੰ ਜਿਹੜਾ ਇੱਥੋਂ ਸ਼ਿਫਟ ਕੀਤਾ ਜਾ ਰਿਹਾ ਇੱਕ ਗਊਸ਼ਾਲਾ ਦੇ ਵਿੱਚ ਫਰੀਦਕੋਟ ਦੇ ਵਿੱਚ। ਇਹਦੇ ਨਾਲ ਜਿੰਨੇ ਵੀ ਰੋਡ ਸਾਈਡ ਐਕਸੀਡੈਂਟ ਹੈ, ਕਿਉਂਕਿ ਰੋਡ ਸਾਈਡ ਐਕਸੀਡੈਂਟ ਦਾ ਇੱਕ ਬਹੁਤ ਵੱਡਾ ਕੌਜ਼ ਜਿਹੜਾ ਵਾ ਉਹ ਬੇਸਹਾਰਾ ਡੰਗਰ ਵੀ ਹੈਗੇ ਨੇ, ਜਿਹਦੇ ਨਾਲ ਕਿ ਨਾ ਕੇਵਲ ਹਿਊਮਨ ਬੀਂਗ ਨੂੰ ਜਿਹੜਾ ਉਹ ਹਰਟ ਹੁੰਦਾ ਵਾ, ਉਹਦੇ ਨਾਲ ਨਾਲ ਜਿਹੜਾ ਵਾ ਇਹਨਾਂ ਨੂੰ ਵੀ ਬਹੁਤ ਚੋਟ ਲੱਗਦੀ ਹੈ। ਸੋ ਅੱਜ ਦੇ ਇਸ ਮੁਹਿੰਮ ਦੇ ਨਾਲ ਇਹਦਾ ਇਹ ਬੈਨੀਫਿਟ ਜਾਏਗਾ ਕਿ ਜਿਹੜੇ ਰੋਡ ਸਾਈਡ ਐਕਸੀਡੈਂਟਸ ਨੇ ਉਹਨਾਂ ਵਿੱਚ ਜਿਹੜੀ ਹੈ ਉਹ ਕਾਫੀ ਕਟੌਤੀ ਆਏਗੀ। ਤੁਸੀਂ ਕਿੱਦਾਂ ਦੇਖਦੇ ਕਿ ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਆਪਣਾ ਕੰਮ ਕਰ ਰਹੀ ਸੀ, ਪਰ ਜਿਹੜੀ ਕਿ ਇਹੋ ਜਿਹੀ ਸਮੱਸਿਆ ਨੂੰ ਪਿਛਲੇ ਲੰਬੇ ਅਰਸੇ ਤੋਂ ਅਣਦੇਖੇ ਜਿਹਾ ਕੀਤੇ ਗਿਆ, ਪਰ ਹੁਣ ਜਿਹੜੀ ਕਿ ਮੈਡਮ ਵੱਲੋਂ ਇਹ ਜਿਹੜੀ ਕਿ ਸਮੱਸਿਆ ਨੂੰ ਹੱਲ ਕੀਤਾ ਗਿਆ, ਕਿੱਦਾਂ ਦੇਖਦੇ ਇਹ ਚੀਜ਼ਾਂ ਨੂੰ? ਮੇਰੇ ਮੁਤਾਬਿਕ ਦੇਖੋ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਕਦੀ ਇਗਨੋਰ ਨਹੀਂ ਕੀਤਾ ਰਿਹਾ। ਹੋ ਸਕਦਾ ਕਿ ਉਸ ਟਾਈਮ 'ਤੇ ਸਰਕਮਸਟਾਂਸਿਸ ਇੱਦਾਂ ਦੇ ਹੋਣ ਕਿ ਇਸ ਨੂੰ ਜਿਹੜਾ ਵਾ ਕਵਰ ਅਪ ਨਾ ਕੀਤਾ ਜਾਵੇ, ਲੇਕਿਨ ਜੋ ਅੱਜ ਇਹ ਕਵਰਿੰਗ ਅਪ ਹੋ ਗਿਆ ਵਾ, ਜੋ ਇਹ ਮੁਹਿੰਮ ਜਿਹੜੀ ਸਟਾਰਟ ਕੀਤੀ ਹੈ ਉਹ ਵਾਕਈ ਬਹੁਤ ਸ਼ਲਾਘਾਯੋਗ ਹੈ ਔਰ ਹਿਊਮਨ ਬੀਂਗਸ ਦੇ ਵਾਸਤੇ ਮਾਨਵਤਾ ਦੇ ਲਈ ਜਿਹੜਾ ਵਾ ਇਹ ਬਹੁਤ ਅੱਛਾ ਕਦਮ ਹੈ। ਸਰ ਐਜ ਏ ਹੈਲਥ ਅਫਸਰ ਜਿਹੜੇ ਕਿ ਨਗਰ ਨਿਗਮ ਵੱਲੋਂ ਜਿਹੜੇ ਕਿ ਆਵਾਰਾ ਪਸ਼ੂਆਂ ਨੂੰ ਸ਼ਹਿਰ ਜਿਹੜੀ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਚੀਜ਼ ਦੇ ਵਿੱਚ ਕਿੱਦਾਂ ਦੀ ਮਤਲਬ ਕਿ ਤੁਹਾਨੂੰ ਫੀਲਡ ਵਿੱਚ ਸਮੱਸਿਆ ਆਈ ਹੈ ਵਾ, ਜਿਹੜਾ ਕਿ ਕਿੱਦਾਂ ਕੰਮ ਕਰ ਰਹੇ? ਅਸੀਂ ਅੱਜ ਇਹ ਮਿਊਂਸੀਪਲ ਕਾਰਪੋਰੇਸ਼ਨ ਕਪੂਰਥਲਾ ਦੇ ਵਿੱਚ ਇਹ ਅੱਜ ਪਹਿਲੀ ਵਾਰੀ ਔਰ ਪਹਿਲਾ ਦਿਨ ਆ ਅੱਜ ਜਿਹੜੇ ਅਸੀਂ ਸਟਰੇ ਐਨੀਮਲ ਨੂੰ ਅਸੀਂ ਪਿੱਕ ਕਰ ਰਹੇ ਹਾਂ ਔਰ ਇਹਨੂੰ ਫਰੀਦਕੋਟ ਲੈ ਕੇ ਜਾ ਰਹੇ ਹਾਂ। ਇਸ ਤਰ੍ਹਾਂ ਦੀ ਸਾਨੂੰ ਕੋਈ ਸਮੱਸਿਆ ਨਹੀਂ ਹੈਗੀ, ਪਿੱਕ ਕਰਨ ਲਈ ਕੋਈ ਸਮੱਸਿਆ ਨਹੀਂ ਹੋਈ, ਪਸ਼ੂ ਨੂੰ ਕੋਈ ਸਮੱਸਿਆ ਨਹੀਂ, ਬੜੀ ਸੇਫਟੀ ਦੇ ਨਾਲ ਉਹਨੂੰ ਪਿੱਕ ਕੀਤਾ ਜਾਂਦਾ ਔਰ ਉਹਨੂੰ ਇਸ ਤਰ੍ਹਾਂ ਬੜੇ ਆਰਾਮ ਦੇ ਨਾਲ ਲਿਆ ਜਾਂਦਾ ਔਰ ਪਸ਼ੂ ਜਿਹੜੇ ਹੈਗੇ ਆ ਅਸੀਂ ਜਿਨ੍ਹਾਂ ਨੇ ਟਰੈਵਲ ਕਰਨਾ ਬੜੇ ਆਰਾਮ ਦੇ ਨਾਲ ਲਿਆ ਕੇ ਜਾਣਗੇ, ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਔਰ ਉੱਥੇ ਫਰੀਦਕੋਟ ਜਿੱਥੇ ਛੱਡ ਰਹੇ ਹਾਂ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਫਰੀਦਕੋਟ ਗਊਸ਼ਾਲਾ ਹੈਗੀ ਆ, ਉਹ ਬਹੁਤ ਵਧੀਆ ਗਊਸ਼ਾਲਾ ਹੈਗੀ, 112 ਏਕੜ ਜ਼ਮੀਨ ਆ, ਉਹਦੇ 'ਚ ਚਾਰੇ ਦੇ ਲਈ ਬੜਾ ਵਧੀਆ ਪ੍ਰਬੰਧ ਆ ਔਰ ਡਾਕਟਰ ਵੀ ਵਧੀਆ ਹੈਗੇ ਆ। ਅਤੇ ਇਸ ਤਰ੍ਹਾਂ ਅਸੀਂ ਆਲਰੇਡੀ ਇਹਨਾਂ ਦੇ ਨਾਲ ਐਗਰੀਮੈਂਟ ਕਰਨ ਤੋਂ ਪਹਿਲਾਂ ਹੀ ਉੱਥੇ ਜਾ ਕੇ ਵਿਜ਼ਿਟ ਕਰਕੇ ਦੇਖ ਲਿਆ ਹੈਗਾ ਕਿ ਕਿਸ ਤਰ੍ਹਾਂ ਦਾ ਉੱਥੇ ਉਹਨਾਂ ਦਾ ਰਹਿਣ ਸਹਿਣ, ਉਹ ਸੰਭਾਲ ਹੈਗੀ ਆ। ਇਸ ਤਰ੍ਹਾਂ ਜਿਹੜੇ ਗਊਸ਼ਾਲਾ ਹੋਰ ਵੀ ਹੈਗੀਆਂ ਆ, ਬਟ ਕਿ ਇੰਨੇ ਵਧੀਆ ਪ੍ਰਬੰਧ ਨਾ ਹੋਣ ਕਰਕੇ ਅਸੀਂ ਉਹਨਾਂ ਦੇ ਨਾਲ ਐਗਰੀਮੈਂਟ ਕੀਤਾ, ਉਹਨਾਂ ਦੇ ਵਧੀਆ ਆ। ਜੇ ਆਪਾਂ ਗੱਲ ਕਰੀਏ ਇਸ ਜਿਹੜੀ ਕਿ ਪਸ਼ੂਆਂ ਨੂੰ ਨਿਸ਼ਾਨਦੇਹੀ ਜਿੱਦਾਂ ਕਰਨ ਸ਼ਹਿਰ ਦੇ ਵਿੱਚੋਂ,
ਕਿੱਦਾਂ ਤੁਹਾਡੀ ਟੀਮ ਦਾ ਸਹਿਯੋਗ ਤੁਹਾਨੂੰ ਮਿਲਦਾ ਤੇ ਕਿੱਦਾਂ ਵਰਕਿੰਗ ਕਰਦੇ? ਜਿਹੜੇ ਸੈਨੇਟਰੀ ਇੰਸਪੈਕਟਰ ਆ ਜਾਂ ਸੁਪਰਵਾਈਜ਼ਰ ਆ ਉਹ ਸਾਡੇ ਇੱਥੇ ਕਪੂਰਥਲੇ ਦੇ ਹੀ ਰਹਿਣ ਵਾਲੇ ਆ। ਉਹਨਾਂ ਨੂੰ ਪਤਾ ਕਿ ਕਿਹੜੇ ਏਰੀਏ ਦੇ ਵਿੱਚ ਕਿ ਇਹ ਜਿਹੜੇ ਗਊ ਮਾਤਾ ਆ ਇਹ ਘੁੰਮ ਰਹੀ ਆ ਜਾਂ ਕਿਹੜੇ ਡੰਪ 'ਤੇ ਗਾਂ ਕੂੜਾ ਖਾ ਰਹੀ ਆ, ਗੰਦਗੀ ਖਾ ਰਹੀ ਆ, ਇਹਨਾਂ ਨੂੰ ਬਚਾਅ ਦੇ ਲਈ ਉਹ ਬੰਦਿਆਂ ਦੇ ਪਹਿਲੇ ਨਿਸ਼ਾਨੇ 'ਤੇ ਹੈਗੇ ਆ ਕਿ ਵੀ ਇਹ ਜਿਹੜੇ ਜਾਂ ਪਸ਼ੂ ਆ ਇਹ ਜਿਹੜੀ ਗਊ ਮਾਤਾ ਆ ਇਹਨੂੰ ਜਲਦੀ ਅਸੀਂ ਇਹਨੂੰ ਚੱਕਿਆ ਜਾਵੇ, ਇਹ ਕੰਮ ਸ਼ੁਰੂ ਕੀਤਾ ਜਾਵੇ। ਤਾਂ ਅਸੀਂ ਅੱਜ ਇਹ ਕੰਮ ਸ਼ੁਰੂ ਕਰ ਦਿੱਤਾ। ਸਾਨੂੰ ਪਤਾ ਆ ਵੀ ਇਹ ਗਾਵਾਂ ਜਿਹੜੀਆਂ ਹੈਗੀਆਂ ਕਿੱਥੇ ਕਿੱਥੇ ਮੌਜੂਦ ਹੈਗੀਆਂ ਆ, ਉਹ ਤੋਂ ਅਸੀਂ ਪਿਕਅਪ ਕਰ ਰਹੇ ਹੈਗੇ ਹਾਂ। ਅਤੇ ਜੇ ਕਿਸੇ ਦੀ ਕੋਈ ਕੰਪਲੇਂਟ ਆ ਉਹ ਕਹਿੰਦਾ ਕਿ ਵੀ ਆਹ ਇੱਥੇ ਪਸ਼ੂ ਲੜਦੇ ਆ ਜਾਂ ਐਕਸੀਡੈਂਟ ਦਾ ਕਾਰਨ ਹੁੰਦੇ ਆ, ਇੱਥੇ ਆਹ ਗੱਲ ਹੋ ਗਈ, ਤਾਂ ਅਸੀਂ ਉਹ ਤੁਰੰਤ ਅਸੀਂ ਉਹਨੂੰ ਅਸੀਂ ਚੁੱਕਾਂਗੇ, ਚੁੱਕ ਕੇ ਅਸੀਂ ਫਰੀਦਕੋਟ ਛੱਡਾਂਗੇ। ਇਸ ਸੰਬੰਧੀ ਕੋਈ ਪਬਲਿਕ ਨੂੰ ਕੋਈ ਮੈਸੇਜ ਕਰਨਾ ਚਾਹੂੰਗੇ ਕਿ ਕਿਤੇ ਇਨਫੋਰਮੇਸ਼ਨ ਦੇਣ ਸੰਬੰਧੀ? ਬਿਲਕੁਲ, ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਪਸ਼ੂ ਰੱਖੇ ਆ ਉਹ ਮਿਹਰਬਾਨੀ ਕਰਕੇ ਪਸ਼ੂਆਂ ਨੂੰ ਘਰ ਦੇ ਵਿੱਚ ਹੀ ਰੱਖਣ, ਬਾਹਰ ਨਾ ਛੱਡਣ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਅਤੇ ਸਾਨੂੰ ਵੀ ਜਿਹੜਾ ਫਾਇਦਾ ਆ। ਜੇ ਪਸ਼ੂ ਉਹਨਾਂ ਦਾ ਕੋਈ ਚੱਕ ਲਿਆ ਜਾਂਦਾ ਜਾਂ ਉਹ ਫਰੀਦਕੋਟ ਚੱਲ ਜਾਏ ਤਾਂ ਉਹਨਾਂ ਨੂੰ ਮੁਸ਼ਕਲ ਆਊਗੀ ਲੈ ਕੇ ਲਿਆਉਣ ਦੀ ਵੀ, ਅਤੇ ਅੱਗੇ ਕਾਰਵਾਈ ਸਾਰੀ ਜਿਹੜੀ ਹੈਗੀ ਆ ਪ੍ਰਕਿਰਿਆ ਉਹ ਵੀ ਲੰਬੀ ਹੋ ਜਾਣੀ ਹੈਗੀ ਆ। ਇਸ ਤਰ੍ਹਾਂ ਕਰਕੇ ਉਹ ਪਸ਼ੂਆਂ ਨੂੰ ਘਰ ਬੈਠੇ ਹੀ ਸੇਵਾ ਕਰਨ ਜੇ